ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਅੱਜ ਜਨਮ ਦਿਨ ਹੈ ਅਤੇ ਪਿੰਡ ਮੂਸਾ ਵਿੱਚ ਉਸਦੇ ਫੈਨਾਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ, ਜਿੱਥੇ ਸਿੱਧੂ ਮੂਸੇਵਾਲ ਨੂੰ ਸ਼ਰਧਾਂਜਲੀ ਦੇਣ ਲਈ ਵੱਖੋ ਵੱਖਰੇ ਤਰੀਕੇ ਨਾਲ ਪੂਰੇ ਵਿਸ਼ਵ ਭਰ ਵਿੱਚ ਸਮਾਗਮ ਕੀਤੇ ਜਾ ਰਹੇ ਨੇ। ਉੱਥੇ ਹੀ ਜਲੰਧਰ ਤੋਂ ਇੱਕ ਨੌਜਵਾਨ ਪੂਰੀ ਐਂਬੂਲੈਂਸ ਉੱਪਰ ਸਿੱਧੂ ਮੂਸੇਵਾਲੇ ਦੀ ਜ਼ਿੰਦਗੀ ਨੂੰ ਸਮਰਪਿਤ ਫੋਟੋਆਂ 'ਚ ਪਵਾ ਕੇ ਕੇਕ ਕਟਾਉਣ ਲਈ ਮੂਸੇ ਪਹੁੰਚਿਆ। ਜਾਣਕਾਰੀ ਦਿੰਦਿਆਂ ਨੌਜਵਾਨ ਨੇ ਦੱਸਿਆ ਕਿ ਉਹ ਐਂਬੂਲੈਂਸ ਦਾ ਕੰਮ ਕਰਦਾ ਹੈ। ਜਿਸ ਦਿਨ ਉਸਨੇ ਸਿੱਧੂ ਮੂਸੇਵਾਲੇ ਦੀ ਮੌਤ ਦੀ ਖਬਰ ਸੁਣੀ ਤਾਂ ਉਸੇ ਦਿਨ ਇੱਕ ਐਂਬੂਲੈਂਸ ਸਿੱਧੂ ਮੂਸੇਵਾਲੇ ਨੂੰ ਸਮਰਪਿਤ ਬਣਵਾਈ ਗਈ। ਉਸਨੇ ਇਹ ਵੀ ਦੱਸਿਆ ਕਿ ਪਹਿਲਾਂ ਉਸਨੇ ਕਦੇ ਜ਼ਿੰਦਗੀ ਵਿੱਚ ਦਸਤਾਰ ਨਹੀਂ ਸਜਾਈ, ਪਰ ਜਿਸ ਦਿਨ ਤੋਂ ਉਹਨਾਂ ਦੇ ਮਾਤਾ ਜੀ ਨੇ ਦਸਤਾਰ ਸਜਾਉਣ ਦੀ ਅਪੀਲ ਕੀਤੀ ਹੈ, ਉਸ ਦਿਨ ਤੋਂ ਮੈਂ ਵੀ ਦਸਤਾਰ ਬੰਨਣੀ ਸ਼ੁਰੂ ਕਰ ਦਿੱਤੀ ਹੈ। ਬਾਈ ਜੀ ਕਿੱਥੋਂ ਆਏ? ਮੈਂ ਜਲੰਧਰ ਤੋਂ ਆਇਆ ਸੀ। ਬਾਈ ਜੀ ਕੀ ਸੀਗਾ ਪਲਾਨ ਇਹਨੂੰ ਤਿਆਰ ਕਰਨ ਦਾ, ਕੀ ਕਹਿਣਾ ਚਾਹੋਗੇ? ਬਾਈ ਜੀ ਨੂੰ ਸ਼ਰਧਾਂਜਲੀ ਦਿੱਤੀ ਜੀ ਅਸੀਂ, ਕਿਉਂਕਿ ਅਸੀਂ ਸੰਸਕਾਰ 'ਤੇ ਵੀ ਆਏ ਸੀਗੇ, ਭੋਗ 'ਤੇ ਵੀ ਆਏ ਸੀਗੇ, ਅਤੇ ਹੁਣ ਅੱਜ ਬਰਥਡੇ ਹੈ ਬਾਈ ਦਾ, ਬਰਥਡੇ 'ਤੇ ਵੀ ਆਏ ਹਾਂ ਔਰ ਹਰ ਸਾਲ ਆਵਾਂਗੇ ਜੀ, ਹਰ ਸਾਲ। ਔਰ ਇਹ ਫੋਟੋਆਂ ਬਾਈ ਦੀਆਂ ਲਾਈਆਂ ਲੱਗੀਆਂ ਰਹਿਣਗੀਆਂ ਫੋਟੋਆਂ, ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਸ਼ੀਸ਼ੇ ਦੇ ਵਿੱਚ ਬਣਾ ਲਈਏ। ਅੱਜ ਜਨਮਦਿਨ ਹੈ, ਕੀ ਮੈਸੇਜ ਦੇਣ ਲਈ ਆਇਆ? ਕੀ ਮੈਸੇਜ? ਬਾਈ ਦਾ ਕੇਕ ਲੈ ਕੇ ਆਏ ਜੀ, ਫਲਾਵਰ ਲੈ ਕੇ ਆਏ ਬਾਈ ਵਾਸਤੇ, ਅਤੇ ਸਾਡੀ ਉਹਨਾਂ ਦੇ ਮਾਂ ਪਿਓ ਨੂੰ ਬੇਨਤੀ ਹੈ ਵੀ ਤੁਸੀਂ ਬਿਲਕੁਲ ਵੀ ਟੈਨਸ਼ਨ ਨਾ ਰਹੋ, ਪੂਰਾ ਪੰਜਾਬ ਉਹਨਾਂ ਦੇ ਨਾਲ ਨੇ, ਜਦੋਂ ਬੁਲਾਉਣਗੇ ਜਿੱਥੇ ਬੁਲਾਉਣਗੇ ਅਸੀਂ ਹਾਜ਼ਰ ਹਾਂ ਜੀ। ਦਸਤਾਰ ਬਾਰੇ ਕਹਿ ਰਹੇ ਸੀਗੇ ਜੀ, ਦਸਤਾਰ? ਦਸਤਾਰ ਦਾ ਜੀ ਮੈਸੇਜ ਮਿਲਿਆ ਸੀਗਾ, ਮੈਂ ਕਦੀ ਦਸਤਾਰ ਬੱਧੀ ਨਹੀਂ ਸੀ ਜੀ ਪਹਿਲਾਂ, ਬਟ ਮੈਂ ਭੋਗ 'ਤੇ ਆਇਆ ਸੀਗਾ, ਮੈਸੇਜ ਮਿਲਿਆ ਕਹਿੰਦੇ ਦਸਤਾਰ ਸਜਾਓ, ਪ੍ਰਸ਼ਾਦ ਮਿਲਦਾ ਪਿਆ ਦਸਤਾਰਾਂ ਦਾ, ਬਟ ਲੰਗਰ ਸੀਗਾ ਦਸਤਾਰਾਂ ਦਾ, ਅਤੇ ਮੈਂ ਕਿਹਾ ਨਹੀਂ ਆਪਣੀ ਲੈ ਕੇ ਬੰਨਾਂਗੇ, ਅੱਜ ਮੈਂ ਆਪਣੀ ਲੈ ਕੇ ਅਤੇ ਵਧੀਆ ਦਸਤਾਰ। ਅਤੇ ਸਿੱਧੂ ਬਾਈ ਨੂੰ ਇਹ ਵੀ ਸ਼ਰਧਾਂਜਲੀ ਹੈ ਜੀ ਸਾਡੀ, ਹਮੇਸ਼ਾ ਯਾਦ ਰੱਖਾਂਗੇ, ਸਿਰ 'ਤੇ ਦਸਤਾਰ ਉਹਨਾਂ ਦੀ ਸਜਾਈ ਹੋਈ ਹਮੇਸ਼ਾ ਰਹੇਗੀ। ਤੁਹਾਨੂੰ ਦੱਸ ਦਈਏ ਕਿ ਅੱਜ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ ਅਤੇ ਜਨਮ ਦਿਨ ਤੋਂ ਤਕਰੀਬਨ 12 ਦਿਨ ਪਹਿਲਾਂ ਹੀ ਗੈਂਗਸਟਰਾਂ ਵੱਲੋਂ ਉਸਦਾ ਕਤਲ ਕਰ ਦਿੱਤਾ ਗਿਆ। ਪਿਛਲੇ ਸਾਲ ਇਸ ਦਿਨ ਵਿੱਚ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਸੀ ਅਤੇ ਚਾਲਾੜ ਨਾਲ ਕੇਕ ਕੱਟ ਰਹੇ ਸਨ, ਪਰ ਅੱਜ ਉਹੀ ਦਿਨ ਹੈ ਪਰ ਮਾਹੌਲ ਬਦਲ ਗਿਆ। ਹੁਣ ਅਫਸੋਸ ਦੇ ਵਿੱਚ ਲੋਕ ਆ ਰਹੇ ਨੇ, ਸ਼ਰਧਾਂਜਲੀ ਦੇਣ ਆ ਰਹੇ ਨੇ, ਪਰ ਪਹਿਲਾਂ ਖੁਸ਼ੀ ਦੇ ਕੇਕ ਕੱਟਣ ਆਉਂਦੇ ਸੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਅੱਜ ਜਨਮ ਦਿਨ ਹੈ ਅਤੇ ਪਿੰਡ ਮੂਸਾ ਵਿੱਚ ਉਸਦੇ ਫੈਨਾਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ, ਜਿੱਥੇ ਸਿੱਧੂ ਮੂਸੇਵਾਲ ਨੂੰ ਸ਼ਰਧਾਂਜਲੀ ਦੇਣ ਲਈ ਵੱਖੋ ਵੱਖਰੇ ਤਰੀਕੇ ਨਾਲ ਪੂਰੇ ਵਿਸ਼ਵ ਭਰ ਵਿੱਚ ਸਮਾਗਮ ਕੀਤੇ ਜਾ ਰਹੇ ਨੇ। ਉੱਥੇ ਹੀ ਜਲੰਧਰ ਤੋਂ ਇੱਕ ਨੌਜਵਾਨ ਪੂਰੀ ਐਂਬੂਲੈਂਸ ਉੱਪਰ ਸਿੱਧੂ ਮੂਸੇਵਾਲੇ ਦੀ ਜ਼ਿੰਦਗੀ ਨੂੰ ਸਮਰਪਿਤ ਫੋਟੋਆਂ 'ਚ ਪਵਾ ਕੇ ਕੇਕ ਕਟਾਉਣ ਲਈ ਮੂਸੇ ਪਹੁੰਚਿਆ। ਜਾਣਕਾਰੀ ਦਿੰਦਿਆਂ ਨੌਜਵਾਨ ਨੇ ਦੱਸਿਆ ਕਿ ਉਹ ਐਂਬੂਲੈਂਸ ਦਾ ਕੰਮ ਕਰਦਾ ਹੈ। ਜਿਸ ਦਿਨ ਉਸਨੇ ਸਿੱਧੂ ਮੂਸੇਵਾਲੇ ਦੀ ਮੌਤ ਦੀ ਖਬਰ ਸੁਣੀ ਤਾਂ ਉਸੇ ਦਿਨ ਇੱਕ ਐਂਬੂਲੈਂਸ ਸਿੱਧੂ ਮੂਸੇਵਾਲੇ ਨੂੰ ਸਮਰਪਿਤ ਬਣਵਾਈ ਗਈ। ਉਸਨੇ ਇਹ ਵੀ ਦੱਸਿਆ ਕਿ ਪਹਿਲਾਂ ਉਸਨੇ ਕਦੇ ਜ਼ਿੰਦਗੀ ਵਿੱਚ ਦਸਤਾਰ ਨਹੀਂ ਸਜਾਈ, ਪਰ ਜਿਸ ਦਿਨ ਤੋਂ ਉਹਨਾਂ ਦੇ ਮਾਤਾ ਜੀ ਨੇ ਦਸਤਾਰ ਸਜਾਉਣ ਦੀ ਅਪੀਲ ਕੀਤੀ ਹੈ, ਉਸ ਦਿਨ ਤੋਂ ਮੈਂ ਵੀ ਦਸਤਾਰ ਬੰਨਣੀ ਸ਼ੁਰੂ ਕਰ ਦਿੱਤੀ ਹੈ। ਬਾਈ ਜੀ ਕਿੱਥੋਂ ਆਏ? ਮੈਂ ਜਲੰਧਰ ਤੋਂ ਆਇਆ ਸੀ। ਬਾਈ ਜੀ ਕੀ ਸੀਗਾ ਪਲਾਨ ਇਹਨੂੰ ਤਿਆਰ ਕਰਨ ਦਾ, ਕੀ ਕਹਿਣਾ ਚਾਹੋਗੇ? ਬਾਈ ਜੀ ਨੂੰ ਸ਼ਰਧਾਂਜਲੀ ਦਿੱਤੀ ਜੀ ਅਸੀਂ, ਕਿਉਂਕਿ ਅਸੀਂ ਸੰਸਕਾਰ 'ਤੇ ਵੀ ਆਏ ਸੀਗੇ, ਭੋਗ 'ਤੇ ਵੀ ਆਏ ਸੀਗੇ, ਅਤੇ ਹੁਣ ਅੱਜ ਬਰਥਡੇ ਹੈ ਬਾਈ ਦਾ, ਬਰਥਡੇ 'ਤੇ ਵੀ ਆਏ ਹਾਂ ਔਰ ਹਰ ਸਾਲ ਆਵਾਂਗੇ ਜੀ, ਹਰ ਸਾਲ। ਔਰ ਇਹ ਫੋਟੋਆਂ ਬਾਈ ਦੀਆਂ ਲਾਈਆਂ ਲੱਗੀਆਂ ਰਹਿਣਗੀਆਂ ਫੋਟੋਆਂ, ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਸ਼ੀਸ਼ੇ ਦੇ ਵਿੱਚ ਬਣਾ ਲਈਏ। ਅੱਜ ਜਨਮਦਿਨ ਹੈ, ਕੀ ਮੈਸੇਜ ਦੇਣ ਲਈ ਆਇਆ? ਕੀ ਮੈਸੇਜ? ਬਾਈ ਦਾ ਕੇਕ ਲੈ ਕੇ ਆਏ ਜੀ, ਫਲਾਵਰ ਲੈ ਕੇ ਆਏ ਬਾਈ ਵਾਸਤੇ, ਅਤੇ ਸਾਡੀ ਉਹਨਾਂ ਦੇ ਮਾਂ ਪਿਓ ਨੂੰ ਬੇਨਤੀ ਹੈ ਵੀ ਤੁਸੀਂ ਬਿਲਕੁਲ ਵੀ ਟੈਨਸ਼ਨ ਨਾ ਰਹੋ, ਪੂਰਾ ਪੰਜਾਬ ਉਹਨਾਂ ਦੇ ਨਾਲ ਨੇ, ਜਦੋਂ ਬੁਲਾਉਣਗੇ ਜਿੱਥੇ ਬੁਲਾਉਣਗੇ ਅਸੀਂ ਹਾਜ਼ਰ ਹਾਂ ਜੀ। ਦਸਤਾਰ ਬਾਰੇ ਕਹਿ ਰਹੇ ਸੀਗੇ ਜੀ, ਦਸਤਾਰ? ਦਸਤਾਰ ਦਾ ਜੀ ਮੈਸੇਜ ਮਿਲਿਆ ਸੀਗਾ, ਮੈਂ ਕਦੀ ਦਸਤਾਰ ਬੱਧੀ ਨਹੀਂ ਸੀ ਜੀ ਪਹਿਲਾਂ, ਬਟ ਮੈਂ ਭੋਗ 'ਤੇ ਆਇਆ ਸੀਗਾ, ਮੈਸੇਜ ਮਿਲਿਆ ਕਹਿੰਦੇ ਦਸਤਾਰ ਸਜਾਓ, ਪ੍ਰਸ਼ਾਦ ਮਿਲਦਾ ਪਿਆ ਦਸਤਾਰਾਂ ਦਾ, ਬਟ ਲੰਗਰ ਸੀਗਾ ਦਸਤਾਰਾਂ ਦਾ, ਅਤੇ ਮੈਂ ਕਿਹਾ ਨਹੀਂ ਆਪਣੀ ਲੈ ਕੇ ਬੰਨਾਂਗੇ, ਅੱਜ ਮੈਂ ਆਪਣੀ ਲੈ ਕੇ ਅਤੇ ਵਧੀਆ ਦਸਤਾਰ। ਅਤੇ ਸਿੱਧੂ ਬਾਈ ਨੂੰ ਇਹ ਵੀ ਸ਼ਰਧਾਂਜਲੀ ਹੈ ਜੀ ਸਾਡੀ, ਹਮੇਸ਼ਾ ਯਾਦ ਰੱਖਾਂਗੇ, ਸਿਰ 'ਤੇ ਦਸਤਾਰ ਉਹਨਾਂ ਦੀ ਸਜਾਈ ਹੋਈ ਹਮੇਸ਼ਾ ਰਹੇਗੀ। ਤੁਹਾਨੂੰ ਦੱਸ ਦਈਏ ਕਿ ਅੱਜ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ ਅਤੇ ਜਨਮ ਦਿਨ ਤੋਂ ਤਕਰੀਬਨ 12 ਦਿਨ ਪਹਿਲਾਂ ਹੀ ਗੈਂਗਸਟਰਾਂ ਵੱਲੋਂ ਉਸਦਾ ਕਤਲ ਕਰ ਦਿੱਤਾ ਗਿਆ। ਪਿਛਲੇ ਸਾਲ ਇਸ ਦਿਨ ਵਿੱਚ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਸੀ ਅਤੇ ਚਾਲਾੜ ਨਾਲ ਕੇਕ ਕੱਟ ਰਹੇ ਸਨ, ਪਰ ਅੱਜ ਉਹੀ ਦਿਨ ਹੈ ਪਰ ਮਾਹੌਲ ਬਦਲ ਗਿਆ। ਹੁਣ ਅਫਸੋਸ ਦੇ ਵਿੱਚ ਲੋਕ ਆ ਰਹੇ ਨੇ, ਸ਼ਰਧਾਂਜਲੀ ਦੇਣ ਆ ਰਹੇ ਨੇ, ਪਰ ਪਹਿਲਾਂ ਖੁਸ਼ੀ ਦੇ ਕੇਕ ਕੱਟਣ ਆਉਂਦੇ ਸੀ। ਬਿਊਰੋ ਰਿਪੋਰਟ।